ढांचा है 1935 का कानून, 1935 का एक्ट, जिस 1935 के एक्ट ने इस देश के करोड़ा करोड़ा लोगों नूं जानवरों तो इंसान बनाया, पशुओं तो इंसान बनाया। हुण बहुत सारे लोग जिहड़े आ ਉਹ ਇੱਥੇ ਤੱਕ ਗੱਲ ਖਤਮ ਕਰ ਦਿੰਦੇ ਆ ਕਿ ਡਾਕਟਰ ਅੰਬੇਡਕਰ ਸਾਹਿਬ ਨੇ ਸੰਵਿਧਾਨ ਲਿਖਿਆ ਔਰ ਦਲਿਤਾਂ ਨੂੰ ਰਿਜ਼ਰਵੇਸ਼ਨ ਦੇ ਹੱਕ ਮਿਲੇ ਆ। ਮੈਂ ਪੁੱਛਣਾ ਚਾਹਨਾ ਕਿ ਸੰਵਿਧਾਨ 26 ਜਨਵਰੀ 1950 ਨੂੰ ਇਸ ਦੇਸ਼ ਦੇ ਉੱਤੇ ਲਾਗੂ ਹੋਇਆ, ਕਿਆ 1950 ਤੋਂ ਪਹਿਲਾਂ ਕੋਈ ਜੱਟ ਵੋਟ ਪਾ ਸਕਦਾ ਸੀ? ਕੋਈ ਜੱਟ ਡੀਸੀ ਬਣ ਸਕਦਾ ਸੀ? ਕੋਈ ਜੱਟ ਜਿਹੜਾ ਸੀ ਕੋਈ ਤਹਿਸੀਲਦਾਰ ਕਲਰਕ ਬਣ ਸਕਦਾ ਸੀ? ਜਦੋਂ ਮੈਂ ਪੰਜਾਬ ਦੀ ਅਸੈਂਬਲੀ ਦੇ ਵਿੱਚ ਕਿਹਾ, ਮੈਂ ਕਿਹਾ ਬਾਦਲ ਸਾਹਿਬ ਹਿੰਦੂਆਂ ਦੇ 4 ਵੇਦ 18 ਪ੍ਰਾਣ 108 ਉਪਨਿਸ਼ਦ 27 ਸਮਰਤੀਆਂ, ਤੁਸੀਂ ਸੰਵਿਧਾਨ ਨੂੰ ਬਦਲਣ ਦੀ ਗੱਲ ਕਰ ਰਹੇ ਆ, ਜਿਸ ਸੰਵਿਧਾਨ ਨੇ ਤੁਹਾਨੂੰ ਇਸ ਦੇਸ਼ ਦੇ ਵਿੱਚ ਪੈਰਾਂ ਦੇ ਵਿੱਚੋਂ ਚੱਕ ਕੇ ਬ੍ਰਾਹਮਣਵਾਦ ਦੇ ਵਿੱਚੋਂ ਅੱਜ ਤੁਹਾਨੂੰ ਜਿਹੜਾ ਸਿਰ ਦੇ ਉੱਤੇ ਬਿਠਾਇਆ, ਮੁੱਖ ਮੰਤਰੀ ਬਣਾਇਆ, ਉਸ ਸੰਵਿਧਾਨ ਨੂੰ ਬਦਲਣ ਦੀਆਂ ਗੱਲਾਂ ਕਰਦੇ ਆ? ਕਦੇ ਮਨੁ ਸਿਮਰਤੀ ਦੇ ਉੱਤੇ ਕਦੇ ਟੀਕਾ ਟਿੱਪਣੀ ਕੀਤੀ ਕਦੇ? ਮੈਂ ਕਿਹਾ ਸੰਵਿਧਾਨ ਦਾ ਮੂਲ ਢਾਂਚਾ ਜਿਹਦੇ ਉੱਤੇ ਭਾਰਤੀ ਜਨਤਾ ਪਾਰਟੀ ਇਹ ਦਲੀਲ ਕਹਿ ਰਹੀ ਹੈ ਦਿੰਦੀ ਆ ਕਿ ਜਿਹੜਾ ਸੰਵਿਧਾਨ ਹੈ ਇਹ ਅੰਗਰੇਜ਼ਾਂ ਦੇ ਰਾਜ ਵਿੱਚ ਬਣਿਆ, 1935 ਦਾ ਅੰਗਰੇਜ਼ ਐਕਟ ਅੰਗਰੇਜ਼ਾਂ ਦੇ ਰਾਜ ਵਿੱਚ ਬਣਿਆ ਤੇ ਅੰਗਰੇਜ਼ਾਂ ਦੀ ਤਰਜ਼ ਦੇ ਉੱਤੇ ਬਣਿਆ। ਮੈਂ ਕਿਹਾ ਬਾਦਲ ਸਾਹਿਬ ਜੇ 1935 ਦਾ ਕਾਨੂੰਨ ਅੰਗਰੇਜ਼ਾਂ ਦੇ ਰਾਜ ਵਿੱਚ ਬਣਿਆ, ਅੰਗਰੇਜ਼ਾਂ ਦੀ ਤਰਜ਼ ਦੇ ਉੱਤੇ ਬਣਿਆ, ਤਾਂ ਫਿਰ 1943 ਦਾ ਕਾਨੂੰਨ ਵੀ ਤਾਂ ਅੰਗਰੇਜ਼ਾਂ ਦੇ ਰਾਜ ਵਿੱਚ ਬਣਿਆ, ਅੰਗਰੇਜ਼ਾਂ ਦੀ ਤਰਜ਼ ਦੇ ਉੱਤੇ ਬਣਿਆ। ਮੈਂ ਕਿਹਾ ਹੁਣ ਤੁਸੀਂ ਇੱਥੇ ਵੀ ਨਹੀਂ ਬੋਲੋਗੇ ਕਿ 1935 ਦਾ ਕਾਨੂੰਨ ਕੀ ਆ? ਮੈਂ ਕਿਹਾ ਬਾਦਲ ਸਾਹਿਬ 1943 ਤੋਂ ਪਹਿਲਾਂ ਜੱਟ ਜ਼ਮੀਨ ਦੇ ਮਾਲਕ ਨਹੀਂ ਸੀ ਹੁੰਦੇ। 5000 ਸਾਲ ਦਾ ਇਤਿਹਾਸ ਹੈ, 1943 ਤੋਂ ਪਹਿਲਾਂ ਜੱਟ ਜ਼ਮੀਨ ਦੇ ਮਾਲਕ ਨਹੀਂ ਸੀ ਹੁੰਦੇ। 1943 ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਖੋਤੀ ਸਿਸਟਮ ਹੁੰਦਾ ਸੀ। ਮੈਂ ਬਿਆਨ ਨਹੀਂ ਕਰ ਸਕਦਾ, ਮੈਂ ਐਕਸਪਲੇਨ ਨਹੀਂ ਕਰ ਸਕਦਾ ਕਿ ਖੋਤੀ ਸਿਸਟਮ ਕਿਹਨੂੰ ਕਹਿੰਦੇ ਆ। ਮੈਂ ਕਿਹਾ ਬਾਦਲ ਸਾਹਿਬ ਜੇ ਤੁਸੀਂ ਇਹ ਕਹਿੰਦੇ ਕਿ ਆਰਐਸਐਸ ਦੇ ਮਗਰ ਲੱਗ ਕੇ 1935 ਦਾ ਕਾਨੂੰਨ ਅੰਗਰੇਜ਼ਾਂ ਦੇ ਰਾਜ ਵਿੱਚ ਬਣਿਆ, ਤੇ ਫਿਰ ਮੈਂ ਕਿਹਾ 1943 ਦਾ ਕਾਨੂੰਨ ਵੀ ਅੰਗਰੇਜ਼ਾਂ ਦੇ ਰਾਜ ਵਿੱਚ ਬਣਿਆ, ਫਿਰ ਤਾਂ ਕਰ ਲਓ 1935 ਵਾਲਾ ਵੀ ਖਤਮ ਕਰ ਲਓ, 1943 ਵਾਲਾ ਵੀ ਖਤਮ ਕਰ ਲਓ, ਮੈਦਾਨੇ ਜੰਗ ਵਿੱਚ ਆ ਜਾਓ, ਫਿਰ ਦੇਖ ਲੈਂਦੇ ਆ ਕਿ ਹੀਰ ਜਿਹੜੀ ਆ ਉਹ ਤਖ਼ਤ ਹਜ਼ਾਰੇ ਨੂੰ ਜਾਂਦੀ ਆ, ਸੈਦਾ ਕਾੜਾ ਲੈ ਕੇ ਜਾਂਦਾ ਹੈ, ਫਿਰ ਇੱਦਾਂ ਕਰ ਲਓ। ਔਰ ਮੈਂ ਇਹ ਗੱਲ ਜਦੋਂ ਅਸੈਂਬਲੀ ਦੇ ਵਿੱਚ ਇਹ ਗੱਲ ਕਹੀ ਠੋਕ ਵਜਾ ਕੇ, ਮੈਂ ਕਿਹਾ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ, ਬਾਈਬਲ ਦਾ ਸਤਿਕਾਰ, ਅਸੀਂ ਕੁਰਾਨ ਦਾ ਸਤਿਕਾਰ ਜਿੱਦਾਂ ਕਰਦੇ ਹਾਂ, ਉਨਾ ਹੀ ਅਸੀਂ ਸਤਿਕਾਰ ਜਿਹੜਾ ਇਸ ਦੇਸ਼ ਦੇ ਸੰਵਿਧਾਨ ਦਾ ਕਰਦੇ ਹਾਂ। ਨਾ ਤੋੜਾ ਘੱਟ ਨਾ ਮਾਸਾ ਵੱਧ। ਮੈਂ ਕਿਹਾ ਅਗਰ ਕਿਸੇ ਨੇ ਸੰਵਿਧਾਨ ਨੂੰ ਬਦਲਣ ਦੀ ਤਾਂ ਦੂਰ ਦੀ ਗੱਲ, ਉਹਦਾ ਕੌਮਾ, ਉਹਦੀ ਸ਼ਿਆਰੀ, ਉਹਦੀ ਪਿਆਰੀ, ਉਹਦੀ ਔਂਕੜ, ਉਹਦਾ ਦਲੈਂਕੜ, ਉਹ ਬਦਲਣਾ ਤਾਂ ਦੂਰ ਦੀ ਗੱਲ, ਕੋਈ ਸੰਵਿਧਾਨ ਨੂੰ ਬਦਲਣ ਦੀ ਭਾਵਨਾ ਨਾਲ ਟੱਚ ਕਰਕੇ ਦਿਖਾਲੇ। ਦਿੱਲੀ ਦੇ ਜੰਤਰ ਮੰਤਰ ਵਿੱਚ ਜਿੱਦਾਂ ਕੱਦੂ ਪੈਰਾਂ ਦੇ ਵਿੱਚ ਕੱਟ ਕੇ ਸਿੱਟੀ ਗਏ ਆ, ਇਸ ਤਰ੍ਹਾਂ ਉਹਨਾਂ ਦੇ ਸਿਰ ਲਾ ਕੇ ਚਾਹੇ ਕਮਿਸ਼ਨ ਹੋਵੇ ਕੋਈ, ਚਾਹੇ ਉਹ ਕਮਿਸ਼ਨ ਬਣਾਉਣ ਵਾਲੇ ਹੋਣ। ਔਰ ਮੈਂ ਦੇਣਦਾਰ ਹੋਵਾਂਗਾ ਕਿ ਮੇਰੀ ਅਸੈਂਬਲੀ ਇਸ ਸਟੇਟਮੈਂਟ ਤੋਂ ਬਾਅਦ ਕਦੇ ਉਸ 11 ਮੈਂਬਰੀ ਮਿਸਟਰ ਚਲਈਆ ਜਿਹਦੇ ਅਧਿਆਕਸ਼ਤਾ ਦੇ ਥੱਲੇ ਉੱਚੇ ਜਿਹੜਾ ਬਣਿਆ ਸੀ, ਉਸ ਕਮਿਸ਼ਨ ਬਣਿਆ ਸੀ, ਉਹਦੀ ਕਦੇ ਕੋਈ ਮੀਟਿੰਗ ਹੋਈ ਹੋਵੇ। ਸੋ ਇਸ ਕਰਕੇ ਮੈਂ ਤੁਹਾਨੂੰ ਇਹ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਓ